ਪੰਜਾਬ ਦੇ ਵਿੱਚ ਮੌਸਮ ਅੱਜ ਸਵੇਰ ਤੋਂ ਹੀ ਬਦਲੇ ਦਿਖਾਈ ਦਿੱਤਾ ਹੈ ਤੇ ਮੌਸਮ ਵਿਭਾਗ ਨੇ ਸੁੱਬੇ ਦੇ ਮੌਸਮ ਨੂੰ ਲੈ ਕੇ ਇੱਕ ਵੱਡੀ ਚੇਤਾਵਨੀ ਦਿੱਤੀ ਹੈ ਤੇ ਭਵਿੱਖਬਾਣੀ ਕੀਤੀ ਹੈ 10 ਜ਼ਿਲ੍ਹਿਆਂ ਦੇ ਵਿੱਚ ਬਾਰਿਸ਼ ਹੋਣ ਦਾ ਅਲਰਟ ਜਾਰੀ ਕੀਤਾ ਗਿਆ ਇਹਨਾਂ ਇਲਾਕਿਆਂ ਦੇ ਵਿੱਚ ਤੇਜ਼ ਹਵਾਵਾਂ ਚੱਲਣਗੀਆਂ ਤੇ ਨਾਲ ਦੇ ਨਾਲ ਮੀਂਹ ਪੈਣ ਦੀ ਜਿਹੜੀ ਸਥਿਤੀ ਦੱਸੀ ਗਈ ਹੈ ਤੇ ਜਦਕਿ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਸਵੇਰ ਤੋਂ ਹੀ ਤੇਜ਼ ਹਵਾਵਾਂ ਚੱਲੀਆਂ ਤੇ ਮੀਂਹ ਵੀ ਜਿਹੜਾ ਦਿਖਾਈ ਦਿੱਤਾ ਖਾਸ ਕਰਕੇ ਮੋਹਾਲੀ ਦੇ ਨਾਲ ਲੱਗਦੇ ਚੰਡੀਗੜ੍ਹ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਵੀ ਤੇਜ਼ ਹਵਾਵਾਂ ਅੱਜ ਸਵੇਰੇ ਚੱਲੀਆਂ ਨੇ ਮੌਸਮ ਵਿਭਾਗ ਦੇ ਅਨੁਸਾਰ ਅੰਮ੍ਰਿਤਸਰ ਹੋ ਗਿਆ ਤਰਨਤਾਰਨ ਹੋ ਗਿਆ ਹੁਸ਼ਿਆਰਪੁਰ ਪਠਾਨਕੋਟ ਗੁਰਦਾਸਪੁਰ ਲੁਧਿਆਣਾ ਮੋਗਾ ਫਿਰੋਜ਼ਪੁਰ ਜਲੰਧਰ ਕਪੂਰਥਲਾ ਤੇ ਨਵਾਂ ਸ਼ਹਿਰ ਦੇ ਵਿੱਚ ਮੀਂਹ ਪੈਣ ਦੇ ਅਸਾਰ ਨੇ ਤੇ ਅੰਮ੍ਰਿਤਸਰ ਦੇ ਨਜ਼ਦੀਕ ਜਿਹੜੇ ਪਿੰਡ ਹੈਗੇ ਨੇ ਉਹਨਾਂ ਦੇ ਵਿੱਚ ਸਵੇਰ ਤੋਂ ਹੀ ਮੀਂਹ ਜਿਹੜਾ ਉਹ ਦਿਖਾਈ ਦੇ ਰਿਹਾ ਸੀ ਪੈ ਰਿਹਾ ਮੀਂਹ ਵੀ ਇੱਥੇ ਰੁਕ ਰੁਕ ਕੇ ਪੈ ਰਿਹਾ ਤੇ ਇਸੇ ਤਰ੍ਹਾਂ ਪੂਰੇ ਪੰਜਾਬ ਦੇ ਵਿੱਚ ਜੋ ਅੰਕੜੇ ਜਾਰੀ ਕੀਤੇ ਗਏ ਨੇ 10 ਜ਼ਿਲ੍ਹਿਆਂ ਦੇ ਵਿੱਚ ਇੱਥੇ ਰੁਕ ਰੁਕ ਕੇ ਬਾਰਿਸ਼ ਪੈਗੀ ਪਰ ਜੋ ਮੌਸਮ ਹੈ ਇਸ ਦੇ ਨਾਲ ਤਾਪਮਾਨ ਦੇ ਵਿੱਚ ਵੀ ਗਰਾਵਟ ਆਵੇਗੀ ਜਿਸ ਕਰਕੇ ਲੋਕਾਂ ਨੂੰ ਰਾਹਤ ਮਿਲੇਗੀ ਗਰਮੀ ਤੋਂ ਰਾਹਤ ਮਿਲੇਗੀ ਤਰਨਤਾਰਨ ਦੇ ਪਿੰਡ ਦੇ ਵਿੱਚ ਜਿਹੜਾ ਇੱਕ 100 ਫੁੱਟ ਦਾ ਪਾੜ ਪਿਆ ਸੀ ਤੁਸੀਬਨ ਟੁੱਟਣ ਦੇ ਨਾਲ ਉਸ ਨੂੰ ਭਰਨ ਦਾ ਕੰਮ ਸੋਮਵਾਰ ਪੂਰਾ ਕਰ ਲਿਆ ਗਿਆ ਇਸ ਤੁਸੀਬਨ ਦੇ ਨਾਲ ਟੁੱਟਣ ਦੇ ਕਰਕੇ 19 ਪਿੰਡਾਂ ਦੇ ਵਿੱਚ ਪਾਣੀ ਦਾਖਲ ਹੋ ਗਿਆ ਸੀ ਔਰ ਸਥਾਨਕ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਜਦੋਂ ਪਾਣੀ ਦਾ ਲੈਵਲ ਕٹےਗਾ ਇਨ੍ਹਾਂ ਪਿੰਡਾਂ ਦੇ ਵਿੱਚੋਂ ਫਿਰ ਹਾਲਾਤਾਂ ਦਾ ਜਾਇਜ਼ਾ ਲਿਆ ਜਾਏਗਾ ਮੁਲਾਂਕਣ ਕੀਤਾ ਜਾਏਗਾ ਕਿ ਕਿੱਥੇ ਕਿੰਨਾ ਨੁਕਸਾਨ ਹੋਇਆ ਜਾਂ ਘਰਾਂ ਨੂੰ ਕਿੰਨਾ ਤੇ ਫਸਲਾਂ ਨੂੰ ਕਿੰਨਾ ਨੁਕਸਾਨ ਹੋਇਆ ਜਿਹੜੇ ਇਹ 19 ਪਿੰਡ ਹੈਗੇ ਤਰਨਤਾਰਨ ਦੇ ਇਨ੍ਹਾਂ ਦੇ ਵਿੱਚ ਬਿਜਲੀ ਸਪਲਾਈ ਪੂਰੀ ਤਰ੍ਹਾਂ ਦੇ ਨਾਲ ਠੱਪ ਹੈ ਲੋਕ ਪਾਣੀ ਨੂੰ ਤਰਸ ਰਹੇ ਨੇ ਚਾਰਾ ਜਿਹੜਾ ਪਸ਼ੂਆਂ ਦੇ ਲਈ ਉਹ ਵੀ ਨਹੀਂ ਮਿਲ ਰਿਹਾ ਪਾਣੀ ਪੂਰੇ ਪਿੰਡਾਂ ਦੇ ਵਿੱਚ ਜਿਹੜਾ ਘੁਮ ਚੁੱਕਿਆ ਹੈ ਇਹਨਾਂ ਪਿੰਡਾਂ ਦੇ ਵਿੱਚ ਜੇਕਰ ਦੇਖਿਆ ਜਾਵੇ ਤਾਂ ਮੁਠਿਆਨ ਵਾਲਾ ਤੇ ਕੁੜਮ ਦੇ ਵਿੱਚ ਜਿਹੜੇ ਇਹ ਮੇਨ ਇਹ ਇਹਨਾਂ ਪਿੰਡਾਂ ਦੇ ਵਿੱਚ ਪਾਣੀ ਹੈ ਤੇ ਇਸ ਪਿੰਡਾਂ ਦੇ ਨੇੜੇ ਤੇੜੇ ਜਿਹੜੇ ਹੈਗੇ ਨੇ ਕੋਟ ਬੁੱਢਾ ਹੋ ਗਿਆ ਕੁੱਤੀ ਵਾਲਾ ਹੋ ਗਿਆ ਸਬਰਾ ਹੋ ਗਿਆ ਡੁਮ ਡੁਮਨੀਵਾਲ ਹੋ ਗਿਆ ਫਿਰ ਗੁੱਲੇਵਾਲ ਹੋ ਗਿਆ ਪੂਰਾ ਹੱਥਰ ਹੋ ਗਿਆ ਗੜਿਆਕੇ ਹੋ ਗਿਆ ਜੱਲੋਕੇ ਹੋ ਗਿਆ ਪਾਉਵਾਲ ਹੋ ਗਿਆ ਅਜੇਹੇ ਤਲਵੰਡੀ ਸੋਭਾ ਸਿੰਘ ਹੋ ਗਿਆ ਤੇ ਨਾਲ ਦੀ ਨਾਲ ਝੁੱਗੀਆਂ ਕਾਲੂ ਇਸ ਨਾਲ ਵਿੱਚ ਬਿਜਲੀ ਸਪਲਾਈ ਪੂਰੀ ਤਰ੍ਹਾਂ ਦੇ ਨਾਲ ਠੱਪ ਹੈ ਤੇ ਹੁਣ ਪਾਣੀ ਦਾ ਜਦੋਂ ਲੈਵਲ ਘਟੇਗਾ ਤਾਂ ਫਿਰ ਸਪਲਾਈ ਜਿਹੜੀ ਹੈ ਉਹ ਛੱਡ ਦਿੱਤੀ ਜਾਵੇਗੀ ਤਾਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਮੀਂਹ ਪੈਣ ਦੀ ਪੰਜਾਬ ਦੇ ਅੰਦਰ ਪੂਰੀ ਭਵਿੱਖਬਾਣੀ ਕੀਤੀ ਹੋਈ ਹੈ 10 ਜ਼ਿਲ੍ਹੇ ਖਾਸ ਕਰਕੇ ਪ੍ਰਭਾਵਿਤ ਰਹਿਣਗੇ